ਦੋਸਤੋ, ਅਗਰ ਤੁਸੀਂ ਰੋਜ਼ਾਨਾ ਕਬੱਡੀ ਦੇ ਨਵੇਂ ਮੈਚਸ ਜਾਂ ਨਵੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਕਬੱਡੀ ਦਾ ਇਸ਼ਕ ਯੂਟਿਊਬ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਔਰ ਇਸ ਦੇ ਨਾਲ ਬੈਲ ਦੇ ਆਈਕਾਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਮੇਰੇ ਸਰੀਰ ਲਾਉਣ ਦਾ ਚੌਧਰੀ ਸਲਾਮ ਉਸਮਾਨ ਠੇਕੇਦਾਰ ਸਾਹਿਬ, ਇਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ।
ਯਾਰ ਚਾਚਾ ਐਨੋ ਯਾਰ ਕਹਿ ਰਹੇ
जग लिया के भजा फिर चाचा जग लियाबादी विजेतरी मगर जा खड़ा पानी थोड़ा पिछड़े
ਨਾਜ਼ ਗਰੀਮੀ ਖਾ ਕੇ ਧੋਖਾ ਸੁਣਦੇ ਸਾਂ ਹੁਸ਼ਿਆਰ ਬਣਿਆ ਛੋਟੇ ਨਵਾਬ ਤੋਂ ਮੇਰੇ ਵਾਸਤੇ ਕਮੈਂਟਰੀ ਬਾਕਸ ਵਿੱਚ 500 ਰੁਪਇਆ ਫੜਿਆ ਇਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਜੀ ਗੋਡੀ ਵੇਖੀ ਤਕੜੀ ਕਬੱਡੀ ਵੇਖਣ ਨੂੰ ਮਿਲਦੀ ਪਈ ਸੀ। ਲੋਕ ਬਹੁਤ ਸਵਾਦ ਲੈਂਦੇ ਕਬੱਡੀ ਦਾ। ਬਾਲਾ ਕਬੱਡੀ ਕਲੱਬ ਦਾ ਮੁਕਾਬਲਾ ਨਵਾਜ਼ ਬਾਜਾ ਕਬੱਡੀ ਕਲੱਬ, ਇਹ 77 ਲੋਕਾਂ ਦੇ ਵਿੱਚ ਅੱਜ ਕਬੱਡੀ ਦਾ ਬਹੁਤ
ਬਹੁਤ ਤਕੜਾ ਮੁਕਾਬਲਾ ਹੁੰਦਾ ਪਰ ਹਾਰ ਜਿੱਤ ਫਿਰ ਮੈਦਾਨ ਦਾ ਹਿੱਸਾ ਹੁੰਦੀ ਆ ਲੇਕਿਨ ਬਦ ਨਜ਼ਮੀ ਦੀ ਵਜ੍ਹਾ ਤੋਂ ਅਫਸੋਸ ਦੀ ਗੱਲ ਹੈ ਕਿ ਪਬਲਿਕ ਬਹੁਤ ਜ਼ਿਆਦਾ ਗਰਾਊਂਡ ਦੇ ਅੰਦਰ ਆ ਗਈ ਔਰ ਜੇ ਮੈਚ 10 ਮਿੰਟ ਪਿਛਾ ਰਹਿੰਦਾ ਸੀਗਾ 18-24 ਦਾ ਮੁਕਾਬਲਾ ਚੱਲਦਾ ਪਿਆ ਸੀ 10 ਮਿੰਟ ਮੈਚ ਬਕਾਇਆ ਰਹਿੰਦਾ ਸੀ ਲੇਕਿਨ ਆਵਾਮ ਨੇ ਆ ਕੇ ਐਸੀ ਮਾਹੌਲ ਖਰਾਬ ਕੀਤਾ ਕਿ ਮੈਚ ਮੁਕੰਮਲ ਨਹੀਂ ਹੋ ਸਕਿਆ ਇੰਤਜ਼ਾਮੀਆ ਕਮੇਟੀ ਨੂੰ ਫੈਸਲਾ ਕਰਦੀ ਪਈ ਆ ਜਿਹੜਾ ਵੀ ਫੈਸਲਾ ਹੋਏਗਾ ਆਪਾਂ ਤੁਹਾਨੂੰ ਅਗਾਂਹ ਇੱਕ ਕਬੱਡੀ ਦੇ ਸ਼ਕੇਸ਼ ਪੇਜ 'ਤੇ ਅਪਡੇਟ ਕਰਦੇ ਰਹਾਂਗੇ ਕਿਵੇਂ ਕਿਵੇਂ ਜਿਹੜੀ ਵੀ ਸੂਰਤ ਹਲਕ ਹੋਈ ਮੈਂ ਤੁਹਾਡਾ ਵੀਰ ਸਫਦਰ ਮਹਿਮੂਦ ਸ਼ਾਹ ਜੀ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਤੁਸੀਂ ਵੇਖਦੇ ਪਏ ਹੋ ਕਬੱਡੀ ਦੇਸ਼ ਛੱਡਦਾ ਆਪਣਾ ਚੈਨਲ ਕਬੱਡੀ ਦੇਸ਼ ਥੈਂਕ ਯੂ